ਵੈਲਕਮ ਟੂ ਮਹਿੰਦਰਸ ਕਿਚਨ। ਲੋ ਜੀ ਅੱਜ ਆਪਾਂ ਬਣਾਵਾਂਗੇ ਚੀਜ਼ੀ ਪਾਸਤਾ। ਲੋ ਜੀ ਇੱਕ ਜੱਗ ਪਾਵਾਂਗੇ ਪਾਣੀ ਦਾ, ਥੋੜ੍ਹਾ ਜਿਹਾ ਪਾਵਾਂਗੇ ਸਵਾਦ ਅਨੁਸਾਰ ਨਮਕ, ਤਿੰਨ ਤੋਂ ਚਾਰ ਡਰੋਪ ਪਾਵਾਂਗੇ ਸੈਸਮੀ ਓਇਲ ਦੇ। ਅਗਰ ਤੁਹਾਡੇ ਕੋਲ ਸੈਸਮੀ ਓਇਲ ਨਹੀਂ ਹੈਗਾ ਤੁਸੀਂ ਦੂਜਾ ਓਇਲ ਵੀ ਯੂਜ਼ ਕਰ ਸਕਦੇ। ਹੁਣ ਆਪਾਂ ਉਬਾਲਾਂਗੇ ਆਪਣਾ ਪਾਣੀ, ਪਾਣੀ ਉਬਲਣ ਤੋਂ ਬਾਅਦ ਫਿਰ ਪਾਵਾਂਗੇ ਵਿੱਚ ਪਾਸਤਾ। ਤਿੰਨ ਤੋਂ ਚਾਰ ਸਪੂਨ ਪਾਵਾਂਗੇ ਬਟਰ ਦੇ, ਇੱਕ ਤੋਂ ਦੋ ਚਮਚ ਪਾਵਾਂਗੇ ਮੈਦੇ ਦੇ, ਤਾਂ ਇਹਨੂੰ ਆਪਾਂ ਇੱਕ ਤੋਂ ਦੋ ਮਿੰਟ ਭੁੰਨਾਂਗੇ। ਆਪਾਂ ਇਹਨੂੰ ਭੁੰਨਾਂਗੇ ਮੀਡੀਅਮ ਹੀਟ 'ਤੇ, ਅਗਰ ਹੀਟ ਤੇਜ਼ ਹੋ ਗਈ ਤਾਂ ਆਪਣਾ ਸਾਰਾ ਮੈਦਾ ਸੜ ਜਾਣਾ। ਪਾਣੀ ਆਪਣਾ ਹੋ ਗਿਆ ਉਬਲਣਾ ਸ਼ੁਰੂ, ਹੁਣ ਆਪਾਂ ਵਿੱਚ ਐਡ ਕਰਾਂਗੇ ਪਾਸਤਾ। ਹੁਣ ਇਹਨੂੰ ਆਪਾਂ 10 ਤੋਂ 12 ਮਿੰਟ ਲਈ ਪਕਾਵਾਂਗੇ। ਅੱਧਾ ਗਲਾਸ ਪਾਵਾਂਗੇ ਦੁੱਧ ਦਾ, ਅੱਧਾ ਕੱਪ ਪਾਵਾਂਗੇ ਆਪਾਂ ਹੈਵੀ ਕਰੀਮ ਦਾ। 5 ਤੋਂ 6 ਮਿੰਟ ਹੋ ਗਏ ਆ, ਹੁਣ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਆਪਣਾ ਪਾਸਤਾ, ਇਹਨੂੰ ਆਪਾਂ ਹਿਲਾਵਾਂਗੇ। ਅੱਧਾ ਚਮਚ ਪਾਵਾਂਗੇ ਚਿੱਲੀ ਫਲਿਕ ਦਾ, ਅੱਧਾ ਚਮਚ ਪਾਵਾਂਗੇ ਗਾਰਲਿਕ ਪਾਊਡਰ ਦਾ, ਥੋੜ੍ਹੀ ਜਿਹੀ ਪਾਵਾਂਗੇ ਰੈਗਨੋ, ਬੇਜ਼ੋ, ਅੱਧਾ ਚਮਚ ਪਾਵਾਂਗੇ ਗਾਰਲਿਕ ਪਾਊਡਰ ਦਾ। ਦੋ ਕੜਛੀਆਂ ਐਡ ਕਰਾਂਗੇ ਆਪਾਂ ਪਾਸਤਾ ਵਾਟਰ ਦੀਆਂ। ਆਪਣੀ ਸਾਸ ਹੋ ਗਈ ਰੈਡੀ, ਹੁਣ ਆਪਾਂ ਵਿੱਚ ਕਰਾਂਗੇ ਐਡ ਪਾਸਤਾ। ਪਾਸਤਾ ਹੋ ਗਿਆ ਆਪਣਾ ਰੈਡੀ, ਹੁਣ ਇਹਨੂੰ ਆਪਾਂ 1 ਤੋਂ 2 ਮਿੰਟ ਸਾਸ ਦੇ ਨਾਲ ਪਕਾਵਾਂਗੇ ਤਾਂ ਕਿ ਸਾਰੀ ਸਾਸ ਪਾਸਤੇ ਦੇ ਵਿੱਚ ਚਲੀ ਜਾਵੇ। ਹੁਣ ਇਹਨੂੰ ਆਪਾਂ 1 ਤੋਂ 2 ਮਿੰਟ ਮੀਡੀਅਮ ਹੀਟ ਉੱਤੇ ਪਕਾਵਾਂਗੇ। ਹੁਣ ਉੱਤੇ ਪਾਵਾਂਗੇ ਆਪਣੀ ਚੀਜ਼। ਥੋੜ੍ਹੀ ਜਿਹੀ ਪਾਵਾਂਗੇ ਪਾਰਸਲੀ, ਥੋੜ੍ਹੀ ਜਿਹੀ ਪਾਵਾਂਗੇ ਚਿੱਲੀ ਫਲਿਕ। ਲਓ ਜੀ ਪਾਸਤਾ ਹੋ ਗਿਆ ਰੈਡੀ, ਤੁਸੀਂ ਵੀ ਆਪਣੀ ਫੈਮਿਲੀ ਨਾਲ ਬਣਾਓ, ਖਾਓ, ਕਰੋ ਇੰਜੋਏ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਅਗਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਐਂਡ ਲਾਈਕ।